ਵੀ ਸਾਡੇ ਭਾਈ ਨੇ, ਦਿਲ ਤਾਂ ਨੇੜੇ ਹੀ ਆ, ਕੀ ਹੋ ਗਿਆ, ਦੂਰੀਆਂ ਪੈ ਗਈਆਂ ਤੇ। ਇਹ ਗੱਲ ਵੀ ਸਹੀ ਹੈ। ਹਾਂਜੀ, ਉੱਧਰ ਜਿਹੜਾ ਕਲੇਮ ਮਿਲਿਆ ਜੀ, ਥੋੜ੍ਹੀ ਜ਼ਮੀਨ ਮਿਲੀ, ਫਿਰ ਬਜ਼ੁਰਗਾਂ ਨੇ ਮਿਹਨਤ ਕੀਤੀ, ਫਿਰ ਜ਼ਮੀਨਾਂ ਬਣਾਈਆਂ। PPTV ਦੇ ਨਾਲ ਮੀਆਂ ਆਸਫ ਅਲੀ, ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਵਿੱਚੋਂ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਤੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਜਨਮ ਦਿਨ ਦੀਆਂ ਤਕਰੀਬਾਤ ਜਾਰੀ ਆ, ਪੂਰੀ ਦੁਨੀਆ ਤੋਂ ਸੰਗਤਾਂ ਇੱਥੇ ਆਈਆਂ ਵਾ, ਅਤੇ ਆ ਕੇ ਇੱਥੇ ਬਾਬਾ ਜੀ ਦੇ ਜਨਮ ਦਿਨ ਦੀਆਂ ਤਕਰੀਬਾਤ ਸ਼ਰੀਕ ਹੋ ਰਹੀਆਂ। ਅਤੇ ਪਹਿਲੇ ਤਾਂ ਜਾਣਦੇ ਹਾਂ ਮੇਰੇ ਨਾਲ ਇਸ ਟਾਈਮ ਮੌਜੂਦ ਆ ਕੁਛ ਸਰਦਾਰ, ਕੀ ਹਾਲ ਆ ਜੀ ਤੁਹਾਡਾ? ਬਹੁਤ ਵਧੀਆ ਜੀ, ਕਿਰਪਾ। ਕੀ ਨਾਂ ਤੁਹਾਡਾ? ਮੇਰਾ ਨਾਮ ਮੇਜਰ ਸਿੰਘ ਆ ਜੀ। ਕਿੱਥੋਂ ਆਏ ਹੋ? ਮੈਂ ਇੰਡੀਆ ਤੋਂ ਆਇਆ, ਪੰਜਾਬ ਡਿਸਟ੍ਰਿਕਟ ਅੰਮ੍ਰਿਤਸਰ। ਅਤੇ ਪਹਿਲਾਂ ਕੋਈ ਤੁਹਾਡਾ ਬੰਦਾ ਫੌਜ 'ਚ ਵੀ ਸੀ ਜਿਹੜਾ ਤੁਹਾਡਾ ਨਾਮ ਮੇਜਰ ਸਿੰਘ? ਨਹੀਂ, ਫੌਜ 'ਚ ਨਹੀਂ ਜੀ, ਇਹਦਾ ਘਰਦਿਆਂ ਨੇ ਰੱਖਤਾ ਨਾਮ। ਅੱਛਾ, ਘਰਦਿਆਂ ਨੇ? ਹਾਂਜੀ। ਨਹੀਂ ਤਾਂ ਹੁੰਦਾ ਨਾ ਕੋਈ ਪਿਓ ਦਾਦਾ ਮੇਜਰ ਰਿਹਾ ਹੋਵੇ ਤਾਂ ਨਾਮ। ਹਾਂਜੀ ਹਾਂਜੀ ਹਾਂਜੀ, ਨਹੀਂ ਮੈਂ ਪੈਦਾ ਹੀ ਮੇਜਰ ਹੋਇਆ। ਤੁਸੀਂ ਪੈਦਾ ਹੀ ਮੇਜਰ ਹੋਏ ਸੀ ਅਤੇ ਬਾਅਦ 'ਚੋਂ ਫਿਰ ਆਪ ਬਣ ਵੀ? ਚਲੋ ਵਧੀਆ, ਹੁਣ ਹੀ ਮੇਜਰ ਹੀ ਹੈ ਜੀ। ਹੁਣ ਵੀ ਮੇਜਰ ਹੀ ਹੋ, ਜ਼ਾਹਿਰ ਆਪਣੇ ਘਰ ਦਾ ਤਾਂ ਮੇਜਰ। ਹਾਂਜੀ ਹਾਂਜੀ। ਅਤੇ ਕਦੋਂ ਆਏ ਸੀ? ਅਸੀਂ ਜਥੇ ਨਾਲ ਆਇਆ ਜੀ। ਜਥੇ ਨਾਲ ਆਇਆ ਜੀ। ਅਤੇ ਉੱਥੋਂ ਕਿਹੜੇ ਇਲਾਕੇ 'ਚੋਂ ਆਏ? ਅੰਮ੍ਰਿਤਸਰ। ਅੰਮ੍ਰਿਤਸਰ, ਅੰਮ੍ਰਿਤਸਰ ਸ਼ਹਿਰ 'ਚੋਂ? ਨਹੀਂ, ਮੇਰਾ ਪਿੰਡ ਆ, ਸਿਆਲਕਾ ਪਿੰਡ ਆ। ਅੱਛਾ, ਸਿਆਲਕਾ। ਅੱਛਾ, ਅੰਮ੍ਰਿਤਸਰ ਮੇਰਾ। ਹਾਂ, ਅਤੇ ਕੀ ਆਪਣਾ ਉੱਥੇ ਕੰਮ? ਬਸ ਖੇਤੀਬਾੜੀ ਦਾ ਜੀ। ਅੱਛਾ, ਅਤੇ ਕਿੰਨੀ ਕੁ ਜ਼ਮੀਨ ਆ? ਜ਼ਮੀਨ ਤਾਂ ਹੈ 5-7 ਕਿੱਲੇ। ਅੱਛਾ, ਅਤੇ ਇੱਧਰੋਂ ਗਏ ਹੋਏ ਹੋ ਕਿ ਪਹਿਲੇ ਦੇ ਉੱਥੇ? ਅਸੀਂ ਉੱਥੇ ਜੱਦੀ, ਉੱਥੇ ਦੇ ਰਹਿਣ ਵਾਲੇ। ਅੱਛਾ, ਅਤੇ ਜ਼ਮੀਨ ਜਿਹੜੀ ਆਪਣੀ ਖਾਨਦਾਨੀ? ਹਾਂ, ਖਾਨਦਾਨੀ ਜ਼ਮੀਨ ਹੈ। ਅੱਛਾ, ਨਹੀਂ ਪਹਿਲਾਂ ਵੀ ਇੰਨੀ ਸੀ ਕਿ ਵੰਡ ਵੰਡਾ? ਨਹੀਂ ਨਹੀਂ, ਵੰਡ ਵੰਡਾ ਕੇ ਰਹਿੰਦੀ ਨੇ, ਪਹਿਲਾਂ ਪਰਿਵਾਰ ਤਾਂ ਵੱਡੇ ਹੁੰਦੇ ਨੇ, ਫਿਰ ਗਾਂ ਗਾਂ ਬਾਅਦ ਛੋਟਾ ਛੋਟਾ ਹੁੰਦਾ ਨਾ। ਪਹਿਲਾਂ ਕਿੰਨੀ ਹੁੰਦੀ ਸੀਗੀ ਅੱਜ ਤੋਂ 60-70 ਸਾਲ ਪਹਿਲੇ? ਹਾਂ, ਉਦੋਂ 40-45 ਕਿੱਲੇ ਹੋਏਗੀ। 40-45 ਕਿੱਲੇ, ਹੁਣ ਤੁਹਾਡੇ 7 ਕਿੱਲੇ ਰਹਿ ਗਏ। ਅਤੇ ਹੁਣ ਗਾਂ ਵੰਡਦੀ ਵੰਡਦੀ ਤੁਹਾਡੇ ਕਿੰਨੇ ਨਿਆਣੇ? ਮੇਰਾ ਇੱਕ ਹੀ ਬੇਟਾ ਜੀ। ਅੱਛਾ, ਇੱਕ ਬੇਟਾ, ਅੱਗੇ ਨਹੀਂ ਵੰਡਣੀ? ਨਹੀਂ ਵੰਡਣੀ। ਅੱਛਾ, ਚਲੋ, ਅਤੇ ਚਲੋ ਇਹ ਤਾਂ ਹੋ ਗਈ। ਅਤੇ ਉਸ ਸੁਣਿਆ ਕਾਨੂੰਨ ਵੀ ਵਾਪਸ ਹੋ ਗਏ? ਹਾਂ, ਕਾਨੂੰਨ ਵਾਪਸ ਹੋ ਗਏ ਜੀ। ਪੱਕੇ ਵਾਪਸ ਹੋ ਗਿਆ ਕਿ ਹਾਲੇ ਸਿਰਫ? ਵੇਖੋ, ਉਹਨਾਂ ਐਲਾਨ ਕੀਤਾ ਪਰ ਆਪਣੇ ਕਿਸਾਨ ਅਜੇ ਬਾਰਡਰਾਂ 'ਤੇ ਬੈਠੇ, ਉਹ ਵਾਪਸ ਜਦੋਂ ਪੱਕੇ ਸੰਸਦ 'ਚ ਵਾਪਸ ਹੋਣਗੇ ਉਦੋਂ ਹੀ ਉੱਠਣਗੇ ਉੱਥੇ। ਹਾਂਜੀ, ਅਤੇ ਤੁਸੀਂ ਵੀ ਗਿਆ ਸੀ ਅੰਦੋਲਨ? ਹਾਂ, ਗਿਆ ਸੀ ਮੈਂ। ਕਿੰਨੇ ਦਿਨ ਦਾ? ਮੈਂ ਉੱਥੇ 26 ਨੂੰ ਜਦੋਂ ਉੱਥੇ ਮਸਲਾ ਆਇਆ ਉਦੋਂ ਉੱਥੇ ਹੀ ਆਪਾਂ। ਹਾਂ, ਜਦੋਂ ਵੀ ਡਿਊਟੀ ਲੱਗਦੀ ਫਿਰ ਜਾਈਦਾ ਜੀ। ਨਹੀਂ, ਮਸਲਾ ਹੋਇਆ ਕਿ ਤੁਸੀਂ ਤਾਂ ਨਹੀਂ ਸੀ ਕੀਤਾ? ਨਾ ਨਾ ਨਾ, ਮਸਲਾ ਸੀ ਕੀ ਕਰਨਾ ਜੀ। ਅੱਛਾ, ਤੇ ਇਹ ਦੱਸੋ ਕਿ ਕਿੱਦਾਂ ਉੱਥੇ ਤੁਸੀਂ ਸਾਰੇ ਵਾਰੀ ਵਾਰੀ ਗਏ ਹੋ? ਕਿੱਦਾਂ? ਨਹੀਂ, ਵਾਰੀ ਵਾਰੀ ਪਿੰਡਾਂ 'ਚ ਕਿਸਾਨ ਯੂਨੀਅਨ ਬਣੀਆਂ ਨੇ, ਉਹਨਾਂ ਯੂਨੀਅਨ ਨੇ ਡਿਊਟੀਆਂ ਲਾਈਆਂ ਹੋਈਆਂ ਪਿੰਡਾਂ 'ਚੋਂ। ਆਪਾਂ ਆਪਣੇ ਪਿੰਡ ਦੇ ਜਿਹੜੇ ਉਹਨਾਂ ਪ੍ਰਧਾਨ ਬਣਾਏ ਆ, ਉਹ ਆਪਣੇ ਪਿੰਡ ਦੇ ਬੰਦੇ ਖੜਦੇ ਆ, ਉਸ ਤਰ੍ਹਾਂ। ਹਾਂਜੀ, ਮਹੀਨੇ ਬਾਅਦ ਡਿਊਟੀ ਆ ਜਾਏ, ਡੇਢ ਮਹੀਨੇ ਬਾਅਦ ਆ ਜਾਏ, ਇਵੇਂ ਹੁੰਦਾ ਜੀ। ਚਲੋ, ਵੈਸੇ ਬੜੀ ਚੰਗੀ ਗੱਲ ਹੋਈ, ਬੜਾ ਵੱਡਾ ਤਾਰੀਖ ਦਾ ਇਤਜਾਜ ਸੀਗਾ, ਮੇਰਾ ਖਿਆਲ ਇਸ ਸਦੀ ਦਾ ਤਾਂ ਸਭ ਤੋਂ ਵੱਡਾ ਇਤਜਾਜ ਸੀ, ਪੂਰਾ ਸਾਲ ਚੱਲਿਆ। ਹਾਂ, ਪੂਰਾ ਸਾਲ ਚੱਲਿਆ ਜੀ, ਬਿਲਕੁਲ ਜੀ। ਅਤੇ ਚਲੋ, ਹੁਣ ਤੁਸੀਂ ਇੱਧਰ ਆਏ ਹੋ ਅਤੇ ਇੱਧਰ ਤੁਸੀਂ ਬਾਬਾ ਜੀ ਦਾ ਤਾਂ ਜ਼ਾਹਿਰ ਆ ਦਰ 'ਤੇ ਹਾਜ਼ਰ ਹੋਏ ਹੀ ਹੋ। ਬਿਲਕੁਲ, ਅਤੇ ਇਹ ਤਾਂ ਸਭ ਤੋਂ ਵੱਡਾ ਦੁਨੀਆ ਦਾ ਤੁਹਾਡੇ ਲਈ ਮਿਰਖਲ ਖੁਸ਼ੀ ਦਾ ਮੁਕਾਮ ਜੀ, ਸਾਡੇ ਲਈ ਜੀ, ਮੱਕਾ ਮਦੀਨਾ ਹੀ ਹੈ ਸਾਡਾ ਜੀ। ਅਤੇ ਹਾਂਜੀ, ਪਹਿਲੇ ਵੀ ਕਦੀ ਆਏ ਸੀ? ਨਹੀਂ, ਫਸਟ ਟਾਈਮ ਆਏ। ਹਾਂਜੀ, ਪਹਿਲੇ ਵੀ ਆਉਣ ਦੀ ਟਰਾਈ ਕੀਤੀ ਕਦੀ? ਹਾਂ, ਮੈਂ 3 ਵਾਰ ਅੱਗੇ ਵੀਜ਼ਾ ਅਪਲਾਈ ਕੀਤਾ ਸੀ, ਆ ਚੌਥੀ ਵਾਰ ਮੈਨੂੰ ਵੀਜ਼ਾ ਮਿਲਿਆ। ਚਲੋ, ਮਿਲ ਗਿਆ। ਮਿਲ ਗਿਆ ਜੀ, ਮਿਲ ਗਿਆ, ਬੜੀ ਖੁਸ਼ੀ। ਹਾਂਜੀ। ਅੱਛਾ, ਚਲੋ, ਇਹ ਤਾਂ ਹੋ ਗਏ। ਅਤੇ ਇੱਥੇ ਦੱਸੋ, ਸਾਡੇ ਰਾਏ ਹੋ ਤੁਸੀਂ, ਪਹਿਲਾਂ ਤਾਂ ਇਕੱਠੇ ਹੀ ਸੀ ਆਪਾਂ, ਅਤੇ ਹੁਣ ਮੌਜੂਦਾ ਪੰਜਾਬ ਆ ਜਿਹੜਾ ਸਾਡੇ ਵਾਲਾ, ਇਹਦੀ ਤੁਹਾਨੂੰ ਕਿਹੜੀ ਸ਼ਾਇਦ ਸਭ ਤੋਂ ਬਹੁਤੀ ਚੰਗੀ ਲੱਗਦੀ? ਸਭ ਤੋਂ ਪੰਜਾਬ ਕੀ ਵੀ ਸਾਰੇ ਪੰਜਾਬ ਦੇ ਚੰਗੇ ਲੱਗਦੇ, ਵੀ ਹੱਦ ਤੋਂ ਵੱਧ ਪਿਆਰ ਕਰਦੇ ਆ, ਜਿੱਧਰ ਨੂੰ ਜਾਂਦੇ ਹਾਂ ਲੋਕ ਚਾਹ ਕਰਦੇ ਆ ਸਾਡਾ, ਪਿਆਰ ਕਰਦੇ ਆ, ਸੈਲਫੀਆਂ ਲੈਂਦੇ ਸਾਡੇ ਨਾਲ, ਅਤੇ ਵਧੀਆ ਲੱਗਦਾ ਸਾਨੂੰ, ਵੀ ਹੱਦ ਤੋਂ ਵੱਧ ਪਿਆਰ ਕਰਦੇ। ਮੇਰਾ ਨਾਂ ਜੀ ਗੁਰਦਿਆਲ ਸਿੰਘ ਜੀ। ਤੁਸੀਂ ਕਿੱਥੋਂ ਆਏ ਹੋ? ਮੇਰਾ ਜ਼ਿਲ੍ਹਾ ਫਿਰੋਜ਼ਪੁਰ ਜੀ, ਪਿੰਡ ਕਟੋਰਾ। ਫਿਰੋਜ਼ਪੁਰ ਪਿੰਡ ਕਟੋਰਾ? ਕਟੋਰਾ ਜੀ, ਇਕੱਲਾ ਕਟੋਰਾ? ਸਾਡੇ ਇੱਥੇ ਇੱਕ ਨਾ ਖਾਨਪੁਰ ਕਟੋਰਾ ਵਾਲਾ। ਨਹੀਂ ਜੀ, ਇਕੱਲਾ ਕਟੋਰਾ। ਅੱਛਾ। ਹਾਂਜੀ,
ਤੇ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਮੈਂ ਤੀਜੀ ਵਾਰ ਆਇਆ ਜੀ। ਅੱਛਾ, ਤੀਜੀ ਵਾਰੀ? ਤੀਸਰੀ ਵਾਰ ਆਇਆ ਜੀ। ਹਾਂਜੀ, ਪਹਿਲਾਂ ਕਦੋਂ ਆਏ ਸੀ? ਪਹਿਲਾਂ ਜੀ ਮੈਂ ਨਾ 2015 ਦੇ ਵਿੱਚ 16 ਦੇ ਵਿੱਚ ਆਏ ਮੈਂ ਨਾ। ਹਾਂਜੀ, ਫਿਰ 18 'ਚ ਆਏ, ਫਿਰ ਹੁਣ ਆਏ। ਇੱਥੇ ਆਏ ਹੋ ਤੁਸੀਂ, ਅਤੇ ਇੱਥੇ ਆ ਕੇ ਤੁਸੀਂ ਕਦੀ ਮਹਿਸੂਸ ਕੀਤਾ ਕਿ ਇੱਥੇ ਜਿਹੜੀ ਆ ਇੱਕ ਸਰਦਾਰ ਦੀ ਇੱਜ਼ਤ ਜਿਹੜੀ ਆ, ਸਰਦਾਰ ਦਾ ਜਿਹੜੀ ਰਿਸਪੈਕਟ ਆ, ਉਹ ਪੂਰੀ ਦੁਨੀਆ ਤੋਂ ਵੱਧ ਲੱਗੀ ਕਿ ਨਹੀਂ? ਬਹੁਤ ਵੱਧ ਲੱਗੀ ਆ ਜੀ, ਬਹੁਤ ਇੱਜ਼ਤ ਕਰਦੇ ਆ, ਬਹੁਤ ਅੱਛੇ ਲੋਕ ਨੇ, ਅਤੇ ਰਸਤੇ ਦੇ ਵਿੱਚ ਵੀ ਜਾਂਦੇ ਆ ਸਲਾਮ ਕਰਦੇ ਆ, ਸੈਲਫੀਆਂ ਲੈਂਦੇ ਆ, ਬਹੁਤ ਪਿਆਰ ਦਿੰਦੇ ਆ ਜੀ, ਬਹੁਤ ਵਧੀਆ ਲੋਕ ਨੇ। ਅਤੇ ਜਦੋਂ ਸੈਲਫੀ ਕੋਈ ਲੈਂਦਾ ਤਾਂ ਉਦੋਂ ਕਿੱਦਾਂ ਦਾ? ਬਹੁਤ ਮਹਿਸੂਸ, ਫਕਰ ਮਹਿਸੂਸ ਹੁੰਦਾ ਹੈ ਵੀ ਸਾਡੇ ਭਾਈ ਨੇ, ਦਿਲ ਤਾਂ ਨੇੜੇ ਹੀ ਆ, ਕੀ ਹੋ ਗਿਆ, ਦੂਰੀਆਂ ਪੈ ਗਈਆਂ। ਅਤੇ ਇਹ ਗੱਲ ਵੀ ਸਹੀ ਹੈ। ਹਾਂਜੀ ਹਾਂਜੀ, ਅਸੀਂ ਵੀ ਇੱਧਰ ਦੇ ਵਸਨੀਕ ਹਾਂ। ਅੱਛਾ, ਸਾਡੇ ਵੱਡ ਵਡੇਰੇ ਕਸੂਰ ਦੇ ਸੀ। ਅੱਛਾ, ਕਸੂਰ ਤੋਂ ਗਏ? ਕਸੂਰ ਤੋਂ ਗਏ ਹਾਂ, ਪਿੰਡ ਲੀਲ ਆ ਇੱਥੇ ਸਾਡਾ। ਅੱਛਾ, ਪਿੰਡ ਲੀਲ? ਹਾਂਜੀ, ਕਸੂਰ ਦੇ ਨੇੜੇ ਪੈਂਦਾ। ਹਾਂਜੀ, ਫਿਰ ਉਹ ਜਦੋਂ ਵੰਡ ਹੋਈ ਉਦੋਂ ਫਿਰ ਜਿਵੇਂ ਰੱਬ ਨੇ ਚਾਹਿਆ, ਜੋ ਉਹਦਾ ਹੁਕਮ ਸੀ ਉਸ ਹਿਸਾਬ ਨਾਲ ਫਿਰ ਉੱਧਰ ਚਲੇ ਗਏ। ਅੱਛਾ, ਜਦੋਂ ਤੁਸੀਂ ਇੱਥੋਂ ਗਏ ਉਦੋਂ ਇੱਥੇ ਕੋਈ ਮਸਲਾ ਤਾਂ ਨਹੀਂ ਬਣਿਆ ਤੁਹਾਡੇ ਪਰਿਵਾਰ ਨਾਲ? ਨਹੀਂ ਨਹੀਂ ਜੀ, ਬਹੁਤ ਵਧੀਆ ਪਰਿਵਾਰ, ਜਿਹੜੇ ਸਾਡੇ ਵੱਡ ਵਡੇਰੇ ਵਧੀਆ ਗਏ ਨੇ, ਕੋਈ ਇਹੋ ਜਿਹੀ ਦਿੱਕਤ ਨਹੀਂ ਆਈ। ਹਾਂਜੀ, ਅਤੇ ਆਪਣਾ ਜਿਹੜਾ ਘਰ ਦਾ ਸਮਾਨ ਸਮੂਨ ਤਾਂ ਛੱਡ ਕੇ ਜਾਣਾ ਪਿਆ ਹੁਣ? ਕੁਛ ਲੈ ਕੇ ਕੁਛ ਛੱਡ ਕੇ, ਜਿੰਨਾ ਕੁ ਤੁਹਾਨੂੰ ਪਤਾ ਹੀ ਆ ਵੀ ਜਦੋਂ ਅਫੜਾ ਤਫੜੀ ਮੱਚ ਜੇ ਰੌਲਾ ਪੈ ਜੇ, ਜਿਹੜਾ ਛੋਟਾ ਮੋਟਾ ਸਮਾਨ ਲੈ ਜਾਂਦੇ, ਬਹੁਤੇ ਵੱਡੇ ਸਮਾਨ ਫਿਰ ਰਹਿ ਜਾਂਦੇ ਹੁੰਦੇ ਆ ਜੀ। ਅਤੇ ਉੱਥੇ ਜਦੋਂ ਗਏ ਉੱਥੇ ਜਾ ਕੇ ਤੁਹਾਨੂੰ ਕੋਈ ਕਲੇਮ ਮਿਲਿਆ? ਉੱਧਰ ਜਿਹੜਾ ਕਲੇਮ ਮਿਲਿਆ ਜੀ, ਥੋੜ੍ਹੀ ਜ਼ਮੀਨ ਮਿਲੀ, ਫਿਰ ਬਜ਼ੁਰਗਾਂ ਨੇ ਮਿਹਨਤ ਕੀਤੀ, ਫਿਰ ਜ਼ਮੀਨਾਂ ਬਣਾਈਆਂ। ਹਾਂਜੀ, ਥੋੜ੍ਹੀ ਕਿਉਂ ਮਿਲੀ? ਉਹਦੀ ਕੋਈ ਕੱਟ ਕੁੱਟ ਲੱਗ ਗਈ ਜੀ, ਜਿਸ ਤਰ੍ਹਾਂ ਪਹਿਲਾਂ ਬਜ਼ੁਰਗ ਆਮ ਦੱਸਦੇ ਆ ਵੀ ਜ਼ਮੀਨਾਂ ਕੁਛ ਗਹਿਣੇ ਲੈਂਦੇ ਹੁੰਦੇ ਸੀ, ਅਤੇ ਗਹਿਣੇ ਵਾਲੀ ਜ਼ਮੀਨ ਉਹ ਨਾਲ ਨਹੀਂ ਜਾਂਦੀ, ਰਜਿਸਟਰੀ ਵਾਲੀ ਜ਼ਮੀਨ ਜਾਂਦੀ ਆ, ਆਹ ਚੀਜ਼ਾਂ ਵਿੱਚ ਪੈ ਗਈਆਂ। ਗਹਿਣੇ ਵਾਲੀ ਜ਼ਮੀਨ ਦਾ ਕੀ ਮਤਲਬ? ਗਹਿਣੇ ਜੀ, ਇਸ ਤਰ੍ਹਾਂ ਉਹ ਲੀਵ 'ਤੇ ਹੋ ਜਾਂਦੀ ਆ, ਲੀਜ਼ 'ਤੇ ਹੋ ਜਾਂਦੀ ਆ ਜੀ, ਮੰਨ ਲਓ ਉਹ 'ਤੇ ਲਿਖਿਆ ਜਾਂਦਾ 2 ਜਾਂ 4 ਸਾਲ ਦਾ ਵੀ ਭਾਈ ਮੈਂ ਤੇਰੇ ਜੋ ਰੁਪਈਏ ਲਏ ਆ ਦੇ ਕੇ ਵਾਪਸ ਆਪਦੀ ਜ਼ਮੀਨ ਲੈ ਲਊਂਗਾ। ਜਿਹੜੀ ਰਜਿਸਟਰੀ ਵਾਲੀ ਹੋ ਜਾਂਦੀ ਉਹ ਮਾਲਕੀ ਹੋ ਜਾਂਦੀ ਆ। ਚਲੋ ਜੀ, ਅੱਛਾ, ਅਤੇ ਹੁਣ ਤੁਸੀਂ ਫਿਰ ਆਏ ਹੋ, ਯਾਨੀ 2015 'ਚ ਪਹਿਲੀ ਵਾਰੀ ਮੁੜ ਕੇ ਆਏ, ਮੁੜ ਕੇ ਆਪਣਾ ਇਲਾਕੇ 'ਚ ਆਉਣਾ ਕੈਸਾ ਲੱਗਿਆ? ਬਹੁਤ ਸਾਨੂੰ ਸੋਹਣਾ ਲੱਗਾ ਜੀ। ਹਾਂਜੀ, ਬਹਰਾਲ ਜੀ, ਆ ਤੁਸੀਂ ਸੁਣਿਆ ਇਹ ਇੱਧਰੋਂ ਗਿਆ ਸੀ, ਦੋਵਾਂ ਸਰਦਾਰਾਂ ਦੀ ਇੱਕ ਗੱਲ ਆ ਜਿਹੜੀ ਉਹ ਕਮਾਲ ਆ, ਕਿ ਉਹਨਾਂ ਦਾ ਕਹਿਣਾ ਕਿ ਸਾਨੂੰ ਜਦੋਂ ਲੋਕ ਆ ਕੇ ਸਾਡੇ ਨਾਲ ਸੈਲਫੀਆਂ ਲੈਂਦੇ ਆ ਤਾਂ ਇੱਕ ਵਾਰੀ ਤਾਂ ਸਾਡਾ ਸੀਨਾ ਫੁੱਲ ਜਾਂਦਾ ਕਿ ਦੇਖੋ ਸਾਡੀ ਇੰਨੀ ਰਿਸਪੈਕਟ ਹੋ ਰਹੀ ਆ।